मैनू पता नहीं पर एक क्वेश्चन बार बार पूछा जा रहा है कि गवर्नमेंट कॉलेज ऑफ एजुकेशन दे पंजाब दी फीस दी जावे। मैं एक गल पिछे कर आया हाँ कि इन्हां कॉलेजां दी फीस जिहड़ी है ਉਹ ਲਗਭਗ ਮਲੇਰਕੋਟਲਾ ਦੀ ਮੈਨੂੰ ਕਲੀਅਰ ਨਹੀਂ ਹੈ, ਮੈਂ ਪਤਾ ਵੀ ਨਹੀਂ ਕਰ ਸਕਿਆ, ਉਹਦੇ ਲਈ ਮਾਫੀ ਮੰਗਦਾ ਹਾਂ। ਹਾਂ ਇਹਨਾਂ ਦਿਨਾਂ 'ਚ ਪੁੱਛ ਲਾਂਗਾ। ਸੋ ਨੋਰਮਲੀ ਸੈਮ ਦੀ, ਇੱਕ ਸੈਮ ਦੀ 10,000 ਹੈ, ਲਗਭਗ 10,000 ਹੈ। ਇਹ 9 ਵੀ ਹੋ ਸਕਦੀ ਹੈ, 9.5 ਵੀ ਹੋ ਸਕਦੀ ਹੈ, 10.5 ਵੀ, ਕਿਤੇ PTA ਜਾਂ ਐਕਸਟਰਾ ਉਕਸਟਰਾ, ਮਤਲਬ 10,000 ਹੈ। 2 ਈਅਰ ਦੀ ਇਹ ਬਣ ਗਈ, 2YRS ਇੱਥੇ ਲਿਖਤਾ ਰੈੱਡ ਕਲਰ ਦੇ ਵਿੱਚ, 40,000 है ना। पर एक क्वेश्चन क्यों पूछा जा रहा है मैनू नहीं पता, क्योंकि एक कमेंट आया है कि 1,50,000 मंगी गई है। सो अजिहा नहीं हो सकता, जां मैनू उस कॉलेज का नाम दसो, मैं वेरीफाई करके दसांगा। सो गवर्नमेंट कॉलेज विच फीस दूसरे कॉलेजों नालों घट है। दूसरे कॉलेजों की फीस मैं फीस वाले उहदे विच दसी हुई है। हाँ एडड ते प्राइवेट विच बहुता फर्क नहीं है, क्वालिटी विच फर्क मिलेगा, एडड की क्वालिटी बैटर ही होंदी है, लेकिन कई प्राइवेट भी एडड दे गवर्नमेंट नूं कंपीट कर रहे हैं। बहुते कॉलेज इदां दे बड़े नाम ने, मैं लिख सकता हाँ, अगली बार कोशिश करांगा। हाँ तो प्राइवेट की गिनती क्योंकि 180 कॉलेज ने, इसलिए ਉਹਦੇ ਵਿੱਚ ਹਰ ਤਰ੍ਹਾਂ ਦੀ ਕੈਟਾਗਰੀ ਹੈ। ਜਿਹੜੇ ਪੈਸਾ ਹੀ ਸਿਰਫ ਕਮਾਉਣਾ ਚਾਹੁੰਦੇ ਨੇ, ਹੈ ਨਾ, ਇੰਡਸਟਰੀ ਜਿਹਨਾਂ ਨੇ ਬਣਾਈ ਹੋਈ ਹੈ ਨੈਚੁਰਲੀ ਹੈ, ਉਹ ਫਿਰ ਫੀਸ ਜ਼ਿਆਦਾ ਹੀ ਲੈਣਗੇ। ਇੱਕ ਗੱਲ ਦੱਸਦੇ ਹਾਂ, ਇਹਦੇ ਵਿੱਚ ਕਾਲਜ ਫੀਸ, ਯੂਨੀਵਰਸਿਟੀ ਫੀਸ, ਸਟੂਡੈਂਟ ਰਿਟਰਨ ਫੀਸ, ਉਹ ਸਭ ਕੁਝ ਸ਼ਾਮਿਲ ਹੈ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ, ਠੀਕ। ਸੋ ਤੁਸੀਂ ਕਾਲਜ ਜਾਂਦੇ ਹੋ, ਇਹ ਸ਼ਬਦ ਵਰਤੋ ਜੀ। ਇਹਦੇ ਵਿੱਚ ਯੂਨੀਵਰਸਿਟੀ ਫੀਸ, ਸਟੂਡੈਂਟ ਰਿਟਰਨ ਫੀਸ ਜਾਂ ਐਗਜ਼ਾਮੀਨੇਸ਼ਨ ਫੀਸ ਸ਼ਾਮਿਲ ਹੈ, ਠੀਕ ਹੈ, ਕਿਉਂਕਿ ਉਹ ਐਗਜ਼ਾਮੀਨੇਸ਼ਨ ਫੀਸ ਗਵਰਨਮੈਂਟ ਕਾਲਜ ਵਾਲਿਆਂ ਨੇ ਵੀ ਉਨੀ ਹੀ ਪੇ ਕਰਨੀ ਹੈ, ਜਿਹੜੀ 2 ਸਾਲਾਂ ਦੀ ਲਗਭਗ 15,000-14,000 ਦੇ ਕਰੀਬ ਜਾਂਦੀ ਹੈ, ਠੀਕ। ਇਹ ਅਲੱਗ 2 ਸਾਲਾਂ ਦੀ ਹੈ, ਇੱਕ ਸੈਮ ਦੀ ਨਹੀਂ।